लो जी आगे ब्रेक तो बाद वापस तो तुसी देख रहे हो। हाँ ठीक है कैंपस पंजाबी। सो हुण समा आ गया ग्रुप परफॉर्मेंसेस दा, तो देख दिया ग्रुप दे विच किन्ना कोई टैलेंट हैगा जी। मैं कहना साडा कोल सब तो बेस्ट ही, पुछो क्यों? क्यों हरेक देश तो इत्थे लोकी पढ़ना है, वेस्ट इंडीज तो आया। अठ दस कुड़ियां कोल दियां इस करके नस वड लैनी अपनी, इस करके किया प्रपोज कर दिंदे उन्होंने जाके बेचारी ऐसे काम च मर जानियां। आ हुण जी तुहानू अपनी कला दिखाएगा, इधर कार खड़ी काका स्कूटर लै गया, स्कूटर च मार आ। की किता है सालिया गरीबा, अमीरा दी गड्डी स्कूटर मारन डया। एक करी तुसी करो, एक करी मैं तुसी कार बनो, मैं स्कूटर बना। आहो एक करी चल एक करी आयो ना तेल मुक गया है की गल। एक करी एक किता सॉरी भाई साला माफ नहीं लपे पड़ी किती है, इनु साइड ते ला इनु चल। थैंक यू भाई, थैंक यू। Okay.
ਆਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ ਵੇ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ ਲੋਕਾਂ ਪਾਣੇ ਮੈਂ ਕੱਤ ਦੀ ਤੰਦ ਤੇਰੀਆਂ ਯਾਦਾਂ ਦੇ ਪਾਵਾਂ ਵੇ ਮਾਇਆ ਤੇਰੇ ਵੇਖਣ ਨੂੰ ਵਸਣ ਨੀ ਦੇਂਦੇ ਸਹੁਰੇ ਪੇਕੇ ਵਸਣ ਨੀ ਦੇਂਦੇ ਸਹੁਰੇ ਪੇਕੇ ਯਾਦ ਤੇਰੀ ਦਾ ਤੁੰਬਾ ਬੋਲੇ ਯਾਦ ਤੇਰੀ ਦਾ ਤੁੰਬਾ ਬੋਲੇ ਵੇ ਤੂੰ ਮੈਨੂੰ ਦੱਸ ਸੋਹਣਿਆ ਤੇਰੇ ਬਾਜੋ ਕਿਧਰ ਨੂੰ ਜਾਵਾਂ ਵੇ ਮਾਇਆ ਤੇਰੇ ਵੇਖਣ ਨੂੰ ਚੁੱਕ ਚਰਖਾ ਗਲੀ ਦੇ ਵਿੱਚ ਡਾਵਾਂ ਵੇ ਮਾਇਆ ਤੇਰੇ ਵੇਖਣ ਨੂੰ ਬਹੁਤ ਸਾਰੀ ਪਰਫਾਰਮੈਂਸਸ ਤੋਂ ਬਾਅਦ ਹੁਣ ਸਮਾਂ ਆ ਗਿਆ ਜੀ ਸਾਡੀ ਪੁਰਾਣੀ ਰੀਤ ਦਾ ਯਾਨੀ ਕਿ ਕਾਲਜ ਦੇ ਰਾਊਂਡ ਅਪ ਦਾ ਸੋ ਕਾਲਜ ਰਾਊਂਡ ਅਪ ਕਰਾਉਣਗੇ ਇਹ ਪਿਆਰੇ ਜੇ ਬੱਚੇ ਸੋ ਤਿਆਰ ਹੋ ਜੀ ਤੇ ਪਹਿਲਾਂ ਆਪਾਂ ਕਿੱਥੇ ਜਾ ਰਹੇ ਹਾਂ ਲਾਇਬ੍ਰੇਰੀ ਮੈਂ ਤਾਂ ਹੀ ਤੇ ਸਾਹਮਣੇ ਖੜੇ ਸੀ ਕਿ ਆਪਾਂ ਲਾਇਬ੍ਰੇਰੀ ਸਾਹਮਣੇ ਲੈ ਕੇ ਆਏ ਤਾਂ ਹੀ ਕਰਕੇ ਹੈ ਤੇ ਕੌਣ ਸੀ ਉਹ ਲਾਇਬ੍ਰੇਰੀ ਜੀ ਹੁਣ ਮੈਂ ਅੱਛਾ ਮੈਂ ਅੱਛਾ ਓਕੇ ਜੀ ਆਲੋ ਜੀ ਚਲੋ ਚਲੋ ਸਾਡੇ ਦੁਆਬਾ ਕਾਲਜ ਦੀ ਲਾਇਬ੍ਰੇਰੀ ਇੱਥੇ ਅਸੀਂ ਆ ਕੇ ਪੜ੍ਹਦੇ ਹਾਂ ਫਰੀ ਟਾਈਮ 'ਚ ਆ ਕੇ ਮੈਗਜ਼ੀਨ ਨਿਊਜ਼ ਪੇਪਰ ਵਗੈਰਾ ਪੜ੍ਹਦੇ ਹਾਂ ਜਿਹੜੇ ਨੀਡੀ ਸਟੂਡੈਂਟਸ ਆ ਜਿਹੜੇ ਜਿਨ੍ਹਾਂ ਕੋਲ ਬੁੱਕਸ ਨਹੀਂ ਆ ਜਾਂ ਉਹ ਨਹੀਂ ਅਫੋਰਡ ਕਰ ਸਕਦੇ ਉਹ ਇੱਥੇ ਆ ਕੇ ਆਪਣੇ ਬੁੱਕਸ ਇਸ਼ੂ ਕਰਵਾਉਂਦੇ ਹੋ ਹੁਣ ਅਸੀਂ ਆਏ ਹਾਂ ਸਾਡੇ ਦੁਆਬਾ ਕਾਲਜ ਦੀ ਲੈਂਗੁਏਜ ਲੈਬ ਵਿੱਚ ਜਿਸ ਵਿੱਚ ਸਟੂਡੈਂਟਸ ਨੂੰ ਸਪੋਕਨ ਇੰਗਲਿਸ਼ ਦੀ ਟ੍ਰੇਨਿੰਗ ਦਿੱਤੀ ਜਾਂਦੀ ਆ ਜਿਹਦੇ ਵਿੱਚ ਉਹਨਾਂ ਦੀ ਪ੍ਰੋਨੰਸੀਏਸ਼ਨ ਆਈਲੈਟਸ ਵਗੈਰਾ ਉਹਨਾਂ ਨੂੰ ਸਾਰੀ ਟ੍ਰੇਨਿੰਗ ਦਿੱਤੀ ਜਾਂਦੀ ਆ ਆਪਣੇ ਕਾਲਜ ਦੀ ਬਾਇਓਟੈਕ ਲੈਬ ਦੇ ਵਿੱਚ ਜਿਹਦੇ ਵਿੱਚ ਕਲਚਰਲ ਟਿਸ਼ੂ ਦਿਖਾ ਕੇ ਬੱਚਿਆਂ ਨੂੰ ਬਹੁਤ ਸਾਰੀਆਂ ਟ੍ਰੇਨਿੰਗ ਦਿੱਤੀਆਂ ਜਾ ਰਹੀਆਂ ਨੇ ਹੁਣ ਅਸੀਂ ਆ ਗਏ ਹਾਂ ਜਰਨਲਿਜ਼ਮ ਤੇ ਮੀਡੀਆ ਡਿਪਾਰਟਮੈਂਟ ਦੇ ਵਿੱਚ ਜਿੱਥੋਂ ਕਾਫੀ ਸਾਰੇ ਸਿਤਾਰੇ ਉੱਭਰ ਕੇ ਅੱਗੇ ਵਧੇ ਨੇ ਅਸੀਂ ਆ ਗਏ ਹਾਂ ਸਾਡੇ ਕੈਂਪਸ ਦੇ ਆਈਟੀ ਡਿਪਾਰਟਮੈਂਟ ਕੋਲ ਤੁਸੀਂ ਸਾਡੇ ਕਾਲਜ ਦੇ ਵਿੱਚ ਆਏ ਹੋ ਸਾਨੂੰ ਬਹੁਤ ਅੱਛਾ ਲੱਗਾ ਤੁਸੀਂ ਬਹੁਤ ਇੰਜੋਏ ਕਰਵਾਇਆ ਸਾਡੇ ਸਟੂਡੈਂਟ ਨੂੰ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਤੁਸੀਂ ਸਾਡੇ ਨਾਲ ਸਾਰਾ ਸਾਡਾ ਕੈਂਪਸ ਘੁੰਮੇ ਹੋ ਸਾਨੂੰ ਬਹੁਤ ਅੱਛਾ ਲੱਗਾ ਤੁਸੀਂ ਸਾਰਾ ਸਾਡਾ ਕੈਂਪਸ ਦੇਖਿਆ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਫਿਰ ਸਾਡੇ ਕਾਲਜ ਆਓ ਅਸੀਂ ਇਸੇ ਤਰ੍ਹਾਂ ਮਸਤੀ ਕਰੀਏ ਇਸੇ ਤਰ੍ਹਾਂ ਫਨ ਕਰੀਏ ਅਸੀਂ ਤੁਹਾਡੀ ਵੇਟ ਕਰਾਂਗੇ ਤੁਸੀਂ ਪਲੀਜ਼ ਸਾਡੇ ਕਾਲਜ ਫਿਰ ਆਇਓ ਇਸ ਐਪੀਸੋਡ ਦੇ ਵਿੱਚ ਵੀ ਆ ਗਏ ਨੇ ਨਜ਼ਾਰੇ ਪਰ ਮਿੱਤਰ ਪਿਆਰੇ ਸਮਾਂ ਹੋ ਗਿਆ ਪੂਰਾ ਇਸ ਐਪੀਸੋਡ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਜੀ ਅਗਲੀ ਵਾਰ ਫਿਰ ਮਿਲਾਂਗੇ ਪਰ ਉਸ ਤੋਂ ਪਹਿਲਾਂ ਇੱਕ ਬਹੁਤ ਹੀ ਜ਼ਰੂਰੀ ਗੱਲ ਜੇ ਤੁਸੀਂ ਚਾਹੁੰਦੇ ਤੁਹਾਡੇ ਕਾਲਜ ਵਿੱਚ ਆਈਏ ਕੈਂਪਸ ਪੰਜਾਬੀ ਦੀ ਟੀਮ ਨੂੰ ਲੈ ਕੇ ਸੋ ਪਲੀਜ਼ ਮੇਲ ਅਸ ਔਨ ਕੈਂਪਸ ਪੰਜਾਬੀ @cnetwork.com ਫੇਸਬੁੱਕ ਦੇ ਉੱਤੇ ਵੀ ਅਸੀਂ ਹੈਗੇ ਹਾਂ ਜੀ ਕੈਂਪਸ ਪੰਜਾਬੀ ਦੇ ਨਾਮ ਨਾਲ ਸੋ ਪਲੀਜ਼ ਜੁਆਇਨ ਅਸ ਔਨ ਫੇਸਬੁੱਕ ਆਲਸੋ ਐਂਡ ਫਿਲਹਾਲ ਦਿਸ ਇਜ਼ ਗੌਰਵ ਸਾਈਨਿੰਗ ਆਫ ਥੈਂਕ ਯੂ ਸੋ ਮਚ ਐਂਡ ਬਾਏ ਬਾਏ ਮੈਂ ਤੈਨੂੰ ਸਮਝਾਵਾਂ ਕਿ ਨਾ ਤੇਰੇ ਬਾਜੋਂ ਲੱਗਦਾ ਜੀ ਤੂੰ ਕੀ ਜਾਣੇ ਪਿਆਰ ਮੇਰਾ ਮੈਂ ਕਰਾਂ ਇੰਤਜ਼ਾਰ ਤੇਰਾ ਤੂੰ ਦਿਲ ਤੋਂ ਯੋ ਜਾ